ਵਜੇ ਦੀ ਛੁੱਟੀ ਰੱਦ ਕਰਤੀ ਤੇ ਉਹਨਾਂ ਨੂੰ ਵਾਪਸ ਬੁਲਾਇਆ। ਇਹ ਆਕਾਸ਼ਵਾਣੀ ਦਿੱਲੀ ਹੈ। ਅੱਜ ਕੇ ਸਮਾਚਾਰ। भारत की उत्तर पूर्वी सीमाओं पर लगातार बढ़ती चीन की दखल अंदाजी को रोकने के लिए भारत सरकार ने चीन की नापाक हरकतों को जवाब देने के लिए तुरंत हिंदुस्तानी सेना को सीमाओं पर तैनात करने का फैसला लिया है। और इसी सिलसिले में भारत के प्रधानमंत्री श्री जवाहरलाल नेहरू ने छुट्टी पर गए तमाम सैनिकों को अपील की है कि देश पर आई इस संकट की घड़ी में वो फौरन अपनी छुट्टियां रद्द करके अपने हेडक्वार्टर्स पहुंचे और अपने अधिकारियों को लौटने की सूचना दें। इसके साथ ही समाचार बुलेटिन समाप्त हुआ। भाई जी, की गल जिंदर है नहीं वापस करते हैं भैया। बस ये जाना ही पड़ा। उत्तो सरकार का हुक्म आ गया। मुझे थोड़े दिन से क्या पुत्र फिर रोटी फटा थाली में ली। आई चाची ले फाड़ मेरे पुत खा। जंग च एक गल याद रखी, मां दे दुध दा कर्ज तां उतारिया जा सकता है पर धरती मां दा कर्ज नहीं उतारिया जा सकता। पुत तैनूं सौं है मेरी, तू ना आपदे आखिरी साह तक धरती मां दी रक्षा करी, गुरुआं दी कुर्बानी नूं याद रखी, डोली ना मेरा चंद। ना बेबे, तेरा जगिंदर नहीं डोलदा। क्यों होता रहा मेरा पुत्र? सरदार जी, थोड़ा जाना रुक नहीं सकता। ਕਿੱਦਾਂ ਦੀ ਗੱਲ ਕਰ ਰਹੀ ਹੈ ਗੁਰਦਿਆਲ? ਮੈਂ ਕਿਤੇ ਪਹਿਲੀ ਵਾਰੀ ਚੱਲਿਆ ਜੰਗ 'ਤੇ, ਇੰਨੀ ਵਾਰੀ ਤਾਂ ਗਿਆ ਹੈ। ਉਦੋਂ ਤਾਂ ਗੱਲ ਹੋਰ ਸੀ, ਆਪਾਂ ਇਕੱਲੇ ਸੀ, ਹੁਣ ਆਪਣੇ 'ਤੇ ਜ਼ਿੰਮੇਦਾਰੀਆਂ। ਬੱਚਿਆਂ ਵਾਰੀ ਸੋਚ, ਇਹਨਾਂ 'ਤੇ ਇਹਨਾਂ ਅਰਗੇ ਹੋਰ ਬੱਚਿਆਂ ਵਾਰੀ ਸੋਚ ਕੇ ਜਾ ਰਿਹਾ। ਕਿਸੇ ਨਾ ਕਿਸੇ ਨੂੰ ਤਾਂ ਦੇਸ਼ ਦੀ ਸਰਹੱਦ ਇਹਨਾਂ ਲਈ ਜਾਣਾ ਹੀ ਪਊਗਾ। ਤੂੰ ਤਾਂ ਵਾਹਿਗੁਰੂ ਦਾ ਸ਼ੁਕਰ ਮਨਾਇਆ ਕਰ ਕਿ ਇਸ ਨੇ ਕੰਮ ਲਈ ਉਹਨੇ ਤੇਰੇ ਸਰਦਾਰ ਨੂੰ ਚੁਣਿਆ। ਸੱਚੇ ਪਾਤਸ਼ਾਹ ਸੁਖ ਰੱਖੇ, ਮੇਰੇ ਜਿੱਚ ਭੈੜੇ ਭੈੜੇ ਖਿਆਲ ਆਉਂਦੇ ਨੇ। ਵਾਹਿਗੁਰੂ ਸਭ ਠੀਕ ਕਰੂਗਾ। ਜਾਣ ਵਾਲੇ ਨੂੰ ਹੱਸ ਕੇ ਤੋਰੀਦਾ ਹੁੰਦਾ। ਜਿਉਂਦਾ ਰਹਿ ਪੁੱਤ, ਆ ਮੇਰਾ ਸ਼ੇਰ। ਸ਼ਾਬਾਸ਼ ਬਾਪੂ ਜੀ। हां जी मेरा पुत, ये किया? थोड़े जान तो बाद मैं ता दादी नाल सो जूंगी। सोन वेले थोनू मेरे तो बिना नींद नहीं होनी, इस करके तुसी ये मेरी सब तो प्यारी गुड्डी नाल ले जो। जदो भी तुसी सोया करोगे इनू अपने नाल लेके पै जियो, थोनू बहुत सोहनी नींद आऊगी। ਜਵਾਨੋ, ਅੱਜ ਤੱਕ ਜਿਸ ਪੜੋਸੀ ਮੁਲਕ ਨੂੰ ਅਸੀਂ ਆਪਣਾ ਹਮਦਰਦ, ਆਪਣਾ ਸਾਥੀ ਸਮਝ ਕੇ ਉਸ ਨਾਲ ਭਾਈਚਾਰੇ ਤੇ ਦੋਸਤੀ ਦਾ ਰਵੱਈਆ ਅਪਣਾਉਂਦੇ ਰਹੇ, ਪਿਛਲੇ ਕੁਝ ਮਹੀਨਿਆਂ ਤੋਂ ਉਹ ਸਾਡੇ ਦੇਸ਼ ਦੀਆਂ ਸਰਹੱਦਾਂ ਵਿੱਚ ਘੁਸ ਕੇ ਉਹਨਾਂ ਸਰਹੱਦਾਂ 'ਤੇ ਵਸੇ ਪਿੰਡਾਂ ਅਤੇ ਕਸਬਿਆਂ 'ਤੇ ਹਮਲੇ ਕਰ ਰਿਹਾ ਅਤੇ ਨਿਰਦੋਸ਼ਾਂ ਨੂੰ ਜਾਨ ਤੋਂ ਮਾਰ ਰਿਹਾ। ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਦੁਸ਼ਮਣ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਇਹ ਮਸਲਾ ਸ਼ਾਂਤੀ ਤੇ ਗੱਲਬਾਤ ਨਾਲ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ। ਜਵਾਨੋ, ਤਿਆਰੀ ਕਸ ਲਓ, ਕਿਉਂਕਿ ਦੁਸ਼ਮਣ ਨੂੰ ਉਸ ਦੀਆਂ ਇਹਨਾਂ ਸਾਜ਼ਿਸ਼ਾਂ ਲਈ ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਜਵਾਨੋ,
ਸਾਡਾ ਦੇਸ਼ ਹਮੇਸ਼ਾ ਤੋਂ ਅਹਿੰਸਾ ਤੇ ਸ਼ਾਂਤੀ ਦਾ ਪੁਜਾਰੀ ਹੈ। ਇਸ ਦਾ ਇਹ ਮਤਲਬ ਨਹੀਂ ਕਿ ਕੋਈ ਵੀ ਦੁਸ਼ਮਣ ਸਾਡਾ ਨਜਾਇਜ਼ ਫਾਇਦਾ ਉਠਾਏ। ਅਸੀਂ ਹਰ ਕਿਸੇ ਨਹੀਂ ਹੋਣ ਦੇਵਾਂਗੇ। ਨਿਸ਼ਚੈ ਕਰ ਆਪਣੀ ਜੀਤ ਕਰੂੰ ਅਸੀਂ ਤਬ ਜੂਝ ਕਰੂੰ।